ਮੁਬਾਰਕਾਂ, ਕਰੋਨਾ ਖਿੱਟ ਮਾਰੀਏ ਨੱਠੀ ਗਿਆ। ਜਿਵੇਂ ਡੀ ਡੀ ਸੀ ਦੀ ਇਲੈਕਸ਼ਨ ਆਈ ਅਤੇ ਕਰੋਨਾ ਨੱਠੀ ਗਿਆ ਡਰਦੇ ਮਾਰੇ। ਕਰੋਨਾ ਆਖਦਾ ਬਾਈ ਤੁਸੀਂ ਇਲੈਕਸ਼ਨ ਜਿੱਤੀ ਲਓ ਅਤੇ ਮੈਂ ਹਾਰੀ ਜਾਂਦਾ ਤੁਹਾਡੇ ਕੋਲ। ਡੀ ਡੀ ਸੀ ਦੀ ਇਲੈਕਸ਼ਨ ਜਿਹੜੀ ਬੜੀ ਖਾਸ ਹੈ, ਵੈਸੇ ਵੀ ਪਹਿਲੀ ਵਾਰ ਜੰਮੂ ਕਸ਼ਮੀਰ 'ਚੋਂ ਆਉਂਦੀ ਹੈ ਅਤੇ ਇੰਨੀ ਖਾਸ ਹੈ ਜਿਵੇਂ ਵਿਆਹ ਖਾਸ ਹੁੰਦੇ ਨਾ, ਜਿਵੇਂ ਵਿਆਹ 'ਚ ਮਿਲਣੀਆਂ ਹੁੰਦੀਆਂ ਨਾ ਚਾਚੇ ਸਹੁਰੇ ਮਾਮੇ ਸਹੁਰੇ ਦੀ, ਉਵਾਂ ਇੱਥੇ ਵੀ ਮਿਲਣੀਆਂ ਹੋਵਾਂ ਦੀਆਂ। ਅਤੇ ਫੇਸ ਵੈਲਿਊ ਦੀ ਇੰਪੋਰਟੈਂਸ ਕੀ ਹੁੰਦੀ ਹੈ ਉਹ ਕੋਈ ਡੀ ਡੀ ਸੀ ਦੇ ਇਲੈਕਸ਼ਨ 'ਚ ਦਿਖੇ ਪਈ। ਹਰ ਨੇਤਾ ਜਿਹੜੇ ਭਾਵੇਂ ਸੈਂਟਰ ਤੋਂ ਆਉਣ ਭਾਵੇਂ ਲੋਕਲ ਲੀਡਰ ਹੋਣ, ਇੰਨੀ ਫੇਸ ਵੈਲਿਊ ਹੁੰਦੀ ਕਿ ਭਾਈ ਮਾਸਕ ਕਿਸੇ ਨੇ ਨਹੀਂ ਪਾਇਆ ਦਾ। ਸਾਰੇ ਆਖਾਂ ਦੇ ਕਿ ਨਹੀਂ ਬਈ ਵੋਟ ਲੈਣਾ ਅਤੇ ਮਾਸਕ ਖੋਲ੍ਹੀ ਦੱਸਣਾ ਪੈਣਾ ਜਨਤਾ ਕੀ ਚਿਹਰਾ। ਵੈਸੇ ਵੀ ਇੱਕੋ ਵਾਰ ਤੁਸੀਂ ਜਨਤਾ ਕੀ ਚਿਹਰਾ ਦੱਸਣਾ ਆਪਣੇ, ਜੇ ਨੁਹਾਰ ਇੱਕੋ ਵਾਰ ਦੱਸਣੀ ਹੈ ਪਰਤੀਆਂ ਤੁਸੀਂ ਲੱਭਣਾ ਨਹੀਂ ਇੱਥੇ, ਹੈਂ ਅਤੇ ਬਾਅਦ 'ਚ ਵੈਸੇ ਵੀ ਤੁਸੀਂ ਕਿ ਮੁੱਥਲਾਂ ਥੋੜ੍ਹੇ ਪੁੱਟਣ ਆਉਣਾ ਵੈਸੇ ਵੀ ਉੱਥੇ, ਜਾਂ ਲੋਕਾਂ ਕਿ ਆਪਣੇ ਚਿਹਰੇ ਦੱਸਣਾ ਆਉਣਾ ਹੈ ਨਾ। ਅਤੇ ਤੁਸੀਂ ਆਖਿਆ ਕਿ ਚਲੋ ਬਈ ਕੁਛ ਨੇਤਾ ਲੋਕ ਜਿਹੜੇ ਆਪਣੇ ਕੋਟ ਦੇ ਬਟਨ ਕੰਨੇ ਜਿਹੜਾ ਮਾਸਕ ਅਟਕਾਇਆ ਦਾ, ਕਿਸੇ ਨੇ ਆਪਣੀ ਦਾੜੀ ਕੰਨੇ ਚਮਕਾਇਆ ਦਾ ਅਤੇ ਕਿਸੇ ਨੇ ਹੱਥ ਕੰਨੇ ਪਾਇਆ ਅਤੇ ਕਿਸੇ ਨੇ ਪਾਇਆ ਦਾ ਕਿ ਨਹੀਂ ਹੈ। ਇੰਨੀ ਇੰਨੀ ਰੈਲੀਆਂ ਹੋਵਾਂ ਦੀਆਂ, ਇੰਨੇ ਇੰਨੇ ਲੋਕ ਆਦੇ ਇਕੱਠੇ ਹੋਈਏ, ਕਿਸੇ ਨੇ ਮਾਸਕ ਨਹੀਂ ਪਾਇਆ ਦਾ, ਮਤਲਬ ਕਰੋਨਾ ਛੂ ਮੰਤਰ ਹੋਈ ਹੈ ਦਾ। ਅਤੇ ਮੈਂ ਤਾਂ ਆਖਾਂ ਨਹੀਂ ਭਾਈ ਇੰਨੀ ਇਤਿਹਾਸਿਕ ਡੀ ਡੀ ਸੀ ਇਲੈਕਸ਼ਨ, ਇੰਨੀ ਭਾਗ ਵਾਲੀ ਡੀ ਡੀ ਸੀ ਇਲੈਕਸ਼ਨ ਜਿਹੜੀ ਕਰਾ ਇਸ ਵਾਰ ਉਹ ਆ ਰਹੀ ਹੈ, ਇਹ ਮਾਰਚ ਮਹੀਨੇ ਹੋਣੀ ਚਾਹੀਦੀ ਸੀ, ਇਹ ਹੁਣੇ ਕਹਿ ਲਈ ਕਰਾਈ ਦੀ। ਮਾਰਚ ਮਹੀਨੇ ਹੁੰਦੀ ਅਤੇ ਭਾਈ ਕਰੋਨਾ ਜਿਹੜਾ ਪਹਿਲੇ ਗਾਇਬ ਹੋ ਜਾਂਦਾ, ਇੰਨੇ ਲੋਕ ਮਰਦੇ ਨਹੀਂ ਨਾ, ਮੀਂਹ ਵੀ ਕਰੋਨਾ ਹੋਈ ਗਿਆ ਹਾਂ, ਮੀਂਹ ਵੀ ਕਰੋਨਾ ਨਹੀਂ ਹੁੰਦਾ। ਅਤੇ ਅੱਛਾ ਫੇਸ ਵੈਲਿਊ 'ਤੇ ਮੈਂ ਗੱਲ ਕਰਾ ਦੀ ਸੀ, ਬੜੀ ਜ਼ਿਆਦਾ ਇੰਪੋਰਟੈਂਟ ਹੈ ਨਾ। ਅਤੇ ਡੀ ਡੀ ਸੀ ਇਲੈਕਸ਼ਨ ਦੇ ਕੈਂਡੀਡੇਟ ਵੀ ਸੀ, ਜਿਹੜੀ ਮੈਡਮ ਆਖਦੀ ਕਿ ਭਾਈ ਮੇਰੀ ਸ਼ਕਲ ਦਿਖੀਏ, ਮੇਰੀ ਨੁਹਾਰ ਦਿਖੀਏ, ਤੁਸੀਂ ਮੇਰੀ ਵੋਟ ਕਰਿਓ। ਮੈਡਮ ਜੀ, ਤੁਸੀਂ ਡੀ ਡੀ ਸੀ ਦੇ ਇਲੈਕਸ਼ਨ ਦੇ ਫੋਰਮ ਭਰੇ ਦੇ ਜਾਂ ਫਿਰ ਤੁਸੀਂ ਮਿਸ ਇੰਡੀਆ ਦਾ ਫੋਰਮ ਭਰੇ ਦਾ, ਜਿਹੜਾ ਤੁਸੀਂ ਸ਼ਕਲ ਦਿਖੀਏ ਆਪਣਾ ਵੋਟ ਜਿਹੜਾ ਮੰਗਾ ਰਹੇ ਹੋ। ਉਹਦੇ ਬਾਅਦ ਬੜੇ ਸਾਰੇ ਲੋਕ ਜਿਹੜੇ ਸਾਡੇ ਜੰਮੂ ਦੇ ਲੋਕ, ਕਸ਼ਮੀਰ ਦੇ ਲੋਕ, ਬੜੇ ਸਾਰੇ ਭੋਲੇ ਭਾਲੇ ਲੋਕ ਵੀ ਹਨ ਜਿਹੜੇ ਕਿ ਕਰਾ ਦੇ ਕਿ ਜਿਹੜੇ ਲੀਡਰ ਬਾਹਰੋਂ ਆ ਰਹੇ ਉਹਦੇ ਕੰਨੇ ਸੈਲਫੀਆਂ ਖਿਚਾ ਦੇ, ਕਿਉਂਕਿ ਬਾਅਦ 'ਚ ਪੋਸਟ ਵੀ ਕਰਨੀਆਂ ਨਹੀਂ ਫੇਸਬੁੱਕ ਉੱਪਰ, ਇੰਸਟਾਗ੍ਰਾਮ ਉੱਪਰ ਸਟੋਰੀਆਂ ਪਾਉਣੀਆਂ। ਪਰ ਹੁਣ ਲੋਕਾਂ ਕਿ ਮੈਂ ਆ ਗਈ ਕਿ ਭਾਈ ਠੀਕ ਹੈ ਲੀਡਰ ਆ ਦਾ ਕੋਈ ਖਿਚਾਓ ਸੈਲਫੀਆਂ, ਪਰ ਘੱਟੋ ਘੱਟ ਆਪਣੀ ਜ਼ਿੰਦਗੀ ਦੇ ਬਾਰੇ 'ਚ ਤਾਂ ਸੋਚੋ, ਕਿਉਂਕਿ ਪੋਸਟ ਜਿਹੜਾ ਉੱਥੇ ਪਾਣੇ ਕੰਨੇ ਕਿਸ਼ਤ ਹੋਣਾ ਨਹੀਂ ਹੈ, ਜਿਹੜਾ ਕੰਮ ਹੋਣਾ ਡਿਵਲਪਮੈਂਟ ਕਰਾਉਣੀ ਉਹਨੇ ਉਹਦੇ ਕੰਨੇ ਕੰਮ ਹੋਣਾ ਤੁਹਾਡਾ, ਠੀਕ ਹੈ। ਅਤੇ ਆਪਣੀ ਜਾਨ ਦੀ ਕੀ ਰੱਖਿਆ ਕਰੋ ਥੋੜ੍ਹੀ ਬਹੁਤ, ਠੀਕ ਹੈ ਨਹੀਂ। ਕੰਨੇ ਜਿਹੜੇ ਡੀ ਡੀ ਸੀ ਦੇ ਇਲੈਕਸ਼ਨ ਹੋਏ ਬੜੇ ਜ਼ਿਆਦਾ ਖਾਸ, ਮੈਂ ਤੁਸੀਂ ਕੀ ਸੁਣਾਇਆ ਤਾਂ ਆਈ ਹੈ ਬੜੇ ਖਾਸ ਨੇ, ਪਰ ਲੋਕਾਂ ਕੀ ਜਿਹੜੀ ਇੱਥੇ ਸਮਝ ਨਹੀਂ ਆਉਂਦੀ ਕਿ ਭਾਈ ਕਰੋਨਾ ਹੈ, ਹਲੇ ਵੀ ਕਰੋਨਾ ਇੱਥੇ ਗਿਆ। ਹਾਂ ਮੰਨਿਆ ਕਿ ਇਲੈਕਸ਼ਨ ਚੱਲਾ ਦੇ ਅਤੇ ਕਰੋਨਾ ਗਾਇਬ ਹੈ, ਰੈਲੀਆਂ 'ਚ ਕਰੋਨਾ ਨਹੀਂ ਹੈ, ਅਤੇ ਅਗਰ ਮੈਂ ਗੱਲ ਕਰਾਂ ਸਕੂਲਾਂ ਦੀ, ਸਕੂਲ ਬੰਦ ਨੇ ਅਤੇ ਉੱਥੇ ਕਰੋਨਾ ਹੈ, ਠੀਕ ਹੈ। ਪਾਰਲੀਮੈਂਟ ਦਾ ਸੈਸ਼ਨ ਜਿਹੜਾ ਵਿੰਟਰ ਸੈਸ਼ਨ ਉਹ ਕੈਂਸਲ ਹੋ ਗਿਆ ਉੱਥੇ, ਕਿਉਂਕਿ ਕਰੋਨਾ ਹੈ, ਅਤੇ ਬਾਕੀ ਰੈਲੀਆਂ 'ਚ ਕੋਈ ਕਰੋਨਾ ਨਹੀਂ ਹੈ। ਅਤੇ ਅਗਰ ਮੈਂ ਗੱਲ ਕਰਾਂ ਉਹਨਾਂ ਲੋਕਾਂ ਦੀ, ਜਿਵੇਂ ਕਿ ਸਾਡੇ ਵੱਡੇ ਵੱਡੇ ਲੋਕ ਗ੍ਰਹਿ ਮੰਤਰੀ ਸਾਹਿਬ ਅਮਿਤ ਸ਼ਾਹ, ਉਹਨੇ ਕੀ ਕਰੋਨਾ ਹੋਈ ਗਿਆ। ਉਹਦੇ ਬਾਅਦ ਜਿਹੜੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ, ਉਹਨੇ ਤਾਂ ਕੀ ਕਰੋਨਾ ਹੋਈ ਗਿਆ, ਜਿਹੜੇ ਰੋਜ਼ ਆਖਦੇ ਕਿ ਭਾਈ 2 ਗਜ਼ ਦੂਰੀ ਅਤੇ ਮਾਸਕ ਦੀ ਜ਼ਰੂਰੀ, ਤਾਂ ਅਗਰ ਉਹਨੇ ਕੀ ਕਰੋਨਾ ਹੋ ਸਕਦਾ ਤਾਂ ਅਸ ਤਾਂ ਫਿਰ ਆਮ ਲੋਕ ਹਾਂ, ਆਮ ਲੋਕਾਂ ਤਾਂ ਕਰੋਨਾ ਇੰਨੀਆਂ ਵੀ ਚਮਕਦਾ ਅਤੇ ਆਮ ਲੋਕਾਂ ਇੰਨੀਆਂ ਵੀ ਹਰ ਪਾਸੇ ਮਾਰ ਜਿਹੜੀ ਪਾਉਂਦੀ ਹੈ। ਮੈਂ ਆਖਦੀ ਹਾਂ ਕਿ ਭਾਈ ਆਪਣਾ ਧਿਆਨ ਰੱਖੋ, ਕਿਉਂਕਿ ਹਲੇ ਇਲੈਕਸ਼ਨ ਹੈ ਅਤੇ ਹਲੇ ਤਾਂ ਕਰੋਨਾ ਜਿਹੜਾ ਨਹੀਂ ਹੈ, ਪਰ ਜਿਸ ਵੇਲੇ ਇਲੈਕਸ਼ਨ ਖਤਮ ਹੋਈ ਜਾਣਾ ਉਸ ਵੇਲੇ ਕਰੋਨਾ ਨੇ ਪਰਤੀ ਵਾਪਸ ਆਈ ਜਾਣਾ।